ਹਾਂ ਜੀ, ਸਤਿ ਸ਼੍ਰੀ ਅਕਾਲ ਦੋਸਤੋ। ਮੈਂ ਸਨੀ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ ਕਿੰਗ ਕਬੱਡੀ 'ਤੇ। ਦੋਸਤੋ, ਅੱਜ ਮਿਤੀ 14 ਅਪ੍ਰੈਲ 2024 ਨੂੰ ਬਹੁਤ ਵੱਡਾ ਕਬੱਡੀ ਦਾ ਮਹਾਂਕੁੰਭ ਕਰਾਇਆ ਜਾ ਰਿਹਾ ਪਿੰਡ ਭਲੱਥਾਂ ਦੇ ਵਿੱਚ। ਅਤੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਭਲੱਥਾਂ ਦਾ ਕਬੱਡੀ ਕੱਪ ਦਾ ਜਿਹੜਾ ਬਜਟ ਆ ਉਹ ਆਮ ਹਰੇਕ ਕਬੱਡੀ ਕੱਪ ਨਾਲੋਂ ਬਹੁਤ ਵੱਡਾ ਬਜਟ ਹੈ। ਇਸ ਟੂਰਨਾਮੈਂਟ ਦਾ ਬੈਸਟ ਰੇਡਰ ਅਤੇ ਜਾਫੀ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣਗੇ, ਅਤੇ ਹੋਰ ਵੀ ਦੋਸਤੋ ਵੱਡੇ ਇਨਾਮ ਜਿਹੜੇ ਆ ਉਹ ਦਰਸ਼ਕਾਂ ਦੇ ਲਈ ਲੱਕੀ ਡਰਾਅ ਦੇ ਵਿੱਚ ਦਿੱਤੇ ਜਾਣਗੇ। ਅਤੇ ਜੇ ਗੱਲ ਕਰੀਏ ਹੁਣ ਦੋਸਤੋ ਵੀ ਪਲੇਅਰ ਕਿਹੜੇ ਕਿਹੜੇ ਪਹੁੰਚ ਰਹੇ ਨੇ ਅੱਜ ਇਸ ਟੂਰਨਾਮੈਂਟ ਉੱਤੇ, ਤਾਂ ਦੋਸਤੋ ਅੱਜ ਇਸ ਟੂਰਨਾਮੈਂਟ ਉੱਤੇ ਦੀਪ ਦਵੁਰਜੀ, ਬੰਟੀ ਟਿੱਬੇ ਵਾਲਾ, ਗੁਰਵਿੰਦਰ ਘਾਂਗਾ, ਅਤੇ ਨਾਲ ਹੀ ਦੱਸ ਦਈਏ ਵੀ ਜੱਗਾ ਚਿੱਟੀ ਵੀ ਅੱਜ ਪੰਜਾਬ ਦੇ ਵਿੱਚ ਪਹਿਲਾ ਮੈਚ ਖੇਡੂਗਾ ਪਿੰਡ ਭਲੱਥਾਂ ਦੀ ਕਬੱਡੀ ਕੱਪ 'ਤੇ, ਉਹ ਵੀ ਖੇਡੂ ਜੱਗਾ ਚਿੱਟੀ ਅੱਜ। ਅਤੇ ਨਾਲ ਹੀ ਬੱਬੂ ਭਿੰਡਰ, ਮੰਗੀ ਬੱਗਾ ਪਿੰਡ, ਤਾਜਾ ਕਾਲੇ ਸੰਘਿਆ, ਅੰਮ੍ਰਿਤ ਔਲਖ, ਅੰਬਾ ਸੁਰ ਸਿੰਘ, ਜੱਗੂ ਹਾਕਮ ਵਾਲੀਆ, ਅਤੇ ਨਾਲੀ ਜਾਸਨ ਆਲਮਗੀਰ, ਬਿਨੇ ਖੱਤਰੀ, ਯੋਧਾ ਸੁਰਖਪੁਰੀਆ, ਜਹਾਦਾ ਸੁਰਖਪੁਰ, ਪਾਲਾ ਜਲਾਲਪੁਰ, ਦੁੱਲਾ ਬੱਗਾ ਪਿੰਡ, ਸ਼ੀਲੂ ਹਰਿਆਣਾ, ਕਮਲ ਨਵਾਂ ਪਿੰਡ। ਅਤੇ ਦੋਸਤੋ ਤਕਰੀਬਨ ਮੇਰਾ ਕਹਿਣ ਦਾ ਮਤਲਬ ਇਹ ਆ ਵੀ ਜੇਕਰ ਮੈਂ ਇਕੱਲੇ ਇਕੱਲੇ ਪਲੇਅਰ ਦਾ ਨਾਮ ਲੈ ਕੇ ਦੱਸਾਂ ਤਾਂ ਵੀਡੀਓ 10-15 ਮਿੰਟ ਦੀ ਹੋ ਜੂਗੀ, ਤਾਂ ਇਸ ਕਰਕੇ ਅੱਜ ਇਸ ਟੂਰਨਾਮੈਂਟ ਉੱਤੇ ਜਿੰਨੇ ਵੀ ਪੰਜਾਬ ਅਤੇ ਹਰਿਆਣੇ ਦੇ ਚੋਟੀ ਦੇ ਸੁਪਰ ਸਟਾਰ ਪਲੇਅਰ ਨੇ ਉਹ ਸਾਰੇ ਪਹੁੰਚ ਰਹੇ ਨੇ। ਬਾਕੀ ਦੋਸਤੋ ਭਲੱਥਾਂ ਦੇ ਕਬੱਡੀ ਕੱਪ 'ਤੇ ਅੱਜ ਬਹੁਤ ਵੱਡੇ ਵੱਡੇ ਰਿਕਾਰਡ ਬਣਨੇ ਨੇਗੇ। ਭਲੱਥਾਂ ਦਾ ਕਬੱਡੀ ਕੱਪ ਜ਼ਰੂਰ ਦੇਖਿਓ, ਅੱਜ ਲਾਈਵ ਚੱਲੇਗਾ ਕਬੱਡੀ ਆਸਟ੍ਰੇਲੀਆ ਦੇ ਅਫੀਸ਼ਲੀ ਯੂਟਿਊਬ ਚੈਨਲ 'ਤੇ, ਅਤੇ ਨਾਲ ਹੀ kabaddi365.com ਦੇ ਅਫੀਸ਼ਲੀ ਯੂਟਿਊਬ ਚੈਨਲ ਦੇ ਦੋ ਵੱਡੀਆਂ ਵੈਬਸਾਈਟਾਂ ਦੇ ਉੱਤੇ। ਸੋ ਦੋਸਤੋ ਜੇਕਰ ਆਪਾਂ ਨੂੰ ਭਲੱਥਾਂ ਦੇ ਕਬੱਡੀ ਕੱਪ ਬਾਰੇ ਹੋਰ ਜਾਣਕਾਰੀ ਮਿਲੂਗੀ ਤਾਂ ਉਹ ਵੀ ਆਪਾਂ ਤੁਹਾਨੂੰ ਜਲਦ ਦੱਸ ਦੇਵਾਂਗੇ ਆਪਣੇ ਇਸ ਯੂਟਿਊਬ ਚੈਨਲ 'ਤੇ।